ਕਿਸਾਨ ਆਗੂਆਂ ਨੇ ਕੰਗਣਾ ਰਣੌਤ ਨੂੰ ਦੇ ਦਿੱਤੀ ਚੁਣੌਤੀ। ਕਿਹਾ ਹਿੰਮਤ ਹੈ ਤਾਂ ਪੁੱਛੋ ਸਵਾਲ, ਹੁਣ ਕਿਉਂ ਨੇ ਕੰਗਣਾ ਰਣੌਤ, ਸੁਨੀਲ ਜਾਖੜ, ਮਨਜਿੰਦਰ ਸਿਰਸਾ ਚੁੱਪ, ਕਿਹਾ ਕਿਸਾਨ ਆਗੂਆਂ ਨੇ। 31 ਮਾਰਚ ਨੂੰ ਅੰਬਾਲਾ ਦੀ ਅਨਾਜ ਮੰਡੀ ਦੇ ਵਿੱਚ ਸ਼ੁਭ ਕਰਨ ਦੀ ਅਸਥੀ ਕਲਸ਼ ਯਾਤਰਾ ਪਹੁੰਚਣੀ ਹੈ, ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਹੋਵੇਗਾ। ਉਸ ਤੋਂ ਪਹਿਲਾਂ ਹੀ ਹਰਿਆਣਾ ਦੇ ਕਈ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚ ਗਈ ਹੈ ਅਤੇ ਪੇਸ਼ ਹੋਣ ਦਾ ਨੋਟਿਸ ਦਿੱਤਾ। ਸ਼ੰਭੂ ਅਤੇ ਖਨੌਰੀ ਦੇ ਵਿੱਚ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਅਫਵਾਹ ਫੈਲਾ ਰਹੀ ਹੈ ਕਿ ਮੋਰਚੇ ਵਿੱਚ ਲੋਕ ਇਕੱਠ ਹੋ ਰਹੇ ਨੇ, ਜਦਕਿ ਕਿਸਾਨ ਮੋਰਚਾ ਫੇਲ ਹੋ ਗਿਆ, ਜਦਕਿ ਦੂਜੇ ਪਾਸੇ ਸਾਡੇ ਸ਼ਹੀਦ ਨੂੰ ਸ਼ਾਂਤੀ ਨਾਲ ਸ਼ਰਧਾਂਜਲੀ ਵੀ ਨਹੀਂ ਦੇਣ ਦਿੱਤੀ ਜਾ ਰਹੀ। ਇਸ ਤੋਂ ਸਾਫ਼ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਡਰੀ ਹੋਈ ਹੈ। ਪੰਧੇਰ ਨੇ ਦੱਸਿਆ ਕਿ ਸਾਡੇ 3 ਨੌਜਵਾਨਾਂ ਨੂੰ ਅਰਧ ਸੈਨਿਕ ਬਲਾਂ ਅਤੇ ਪੁਲਿਸ ਦੇ ਜਵਾਨਾਂ ਨੇ ਗ੍ਰਿਫਤਾਰ ਕੀਤਾ। ਉਹਨਾਂ ਨੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਹੈ ਕਿ ਚੋਣਾਂ ਦੇ ਵਿੱਚ ਲੋਕ ਤੁਹਾਨੂੰ ਸਬਕ ਸਿਖਾਉਣਗੇ, ਤੁਹਾਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਹੈ, ਜੇਲ੍ਹ ਜਾਣ ਨਾਲ ਸਾਡਾ ਕੁਝ ਨਹੀਂ ਵਿਗੜਨ ਵਾਲਾ। ਤੁਸੀਂ 400 ਪਾਰ ਦਾ ਨਾਰਾ ਦਿੰਦੇ ਹੋ, ਕਿਧਰੇ ਸੱਤਾ ਤੋਂ ਬਾਹਰ ਨਾ ਹੋ ਜਿਓ। ਇਸ ਵਾਰ ਕਿਸਾਨ ਮਜ਼ਦੂਰ ਏਜੰਡਾ ਸੈੱਟ ਕਰਨਗੇ। ਸੋ ਕਿਸਾਨਾਂ ਵੱਲੋਂ ਕੰਗਣਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੁੱਛਿਆ, ਅਸੀਂ ਰਾਹ ਨਹੀਂ ਰੋਕਿਆ, ਸਰਕਾਰ ਨੇ ਰੋਕਿਆ, ਹੁਣ ਕੰਗਣਾ ਰਣੌਤ, ਸੁਨੀਲ ਜਾਖੜ, ਮਨਜਿੰਦਰ ਸਿੰਘ ਸਿਰਸਾ ਕਿਉਂ ਚੁੱਪ ਨੇ? ਉਹ ਪੁੱਛਣ ਸਰਕਾਰ ਨੂੰ ਸਵਾਲ। ਪੰਧੇਰ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਦੇ ਮੁਤਾਬਕ ਗੌਤਮ ਅਡਾਨੀ ਦੀ ਆਮਦਨ ਮੋਦੀ ਸਰਕਾਰ ਦੇ ਰਾਜ ਵਿੱਚ 40% ਵਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਕਿੱਥੇ ਹੋਈ ਹੈ? ਪੰਧੇਰ ਨੇ ਆਖਿਆ ਕਿ 31 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦਾ ਇੱਕ ਹੋਰ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ। ਉਹਨਾਂ ਨੇ ਕਿਸਾਨਾਂ ਨੂੰ ਮੋਰਚਾ ਵਿੱਚ ਜਿਹੜਾ ਉਹ ਚਲਾ ਰਹੇ ਨੇ ਉਸ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਪਹੁੰਚਣ ਦੀ ਅਪੀਲ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਅਸੀਂ ਮੋਰਚਾ ਜ਼ਰੂਰ ਜਿੱਤਾਂਗੇ। ਦੱਸ ਦਈਏ ਕਿ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਮਾਰ ਦਿੱਤੀ ਗਈ ਸੀ ਸ਼ੁਭਕਰਨ ਸਿੰਘ ਨੂੰ, ਹਥਿਆਰਾਂ ਸਮੇਤ ਜਿਹੜੇ ਸਨ ਲੋਕ ਉੱਥੇ ਪਹੁੰਚੇ ਹੋਏ ਸਨ ਬਹੁਤ ਜ਼ਿਆਦਾ ਅਤੇ ਪੁਲਿਸ ਬਲ ਮੌਜੂਦ ਸੀ, ਜਿਸ ਕਾਰਨ ਜਿਹੜੀ ਹੈ ਸ਼ੁਭਕਰਨ ਨੂੰ ਗੋਲੀ ਲੱਗੀ ਹੈ। ਹਰਿਆਣਾ ਅਤੇ ਪੰਜਾਬ ਸਮੇਤ ਕਈ ਰਾਜਾਂ 'ਚ ਕਲਸ਼ ਯਾਤਰਾ ਹੁਣ ਉਸੇ ਨਾਂ 'ਤੇ ਕੱਢੀ ਜਾਵੇਗੀ ਅਤੇ ਹਰਿਆਣਾ ਪੰਜਾਬ ਦੇ ਸ਼ੰਭੂ ਖਨੌਰੀ ਨਾਲ ਲੱਗਦੀ ਡੱਬ ਵਾਲੀ ਬਾਰਡਰ 'ਤੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਸਰਕਾਰ ਤੋਂ ਮਨਵਾਉਣ ਲਈ ਅੱਜ ਵੀ ਖੜ੍ਹੇ ਨੇ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸ਼ੁਭਕਰਨ ਦੀਆਂ ਅਸਥੀਆਂ ਸ਼ੰਭੂ ਬਾਰਡਰ ਪਹੁੰਚੀਆਂ ਸਨ, ਜਿੱਥੋਂ ਕਿਸਾਨ ਆਗੂਆਂ ਨੇ ਕਲਸ਼ ਯਾਤਰਾ ਲੈ ਕੇ ਰਵਾਨਾ ਹੋਏ ਜਿਹੜੇ ਕਿਸਾਨ ਸਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਮਰਜੀਤ ਸਿੰਘ ਮੋੜੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਡਾਂਡਰਾ, ਮੋਹਾਲੀ ਅਤੇ ਹੋਰ ਵੀ ਕਈ ਥਾਵਾਂ 'ਤੇ ਇਕੱਠੇ ਹੋਏ ਸਨ, ਜਿਨ੍ਹਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਉੱਥੇ ਪਹੁੰਚ ਕੇ ਉਹਨਾਂ ਨੇ ਵਿਦਿਆਰਥੀਆਂ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਸੀ। ਪਰ ਦੱਸ ਦਈਏ ਕਿ ਸ਼ਡਿਊਲ ਦੇ ਮੁਤਾਬਕ 17 ਅਤੇ 18 ਮਾਰਚ ਤੋਂ ਪੰਚਕੂਲਾ 2 ਦਿਨ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ ਅਤੇ ਫਿਰ 3 ਦਿਨ ਅੰਬਾਲਾ ਜ਼ਿਲ੍ਹੇ ਵਿੱਚ ਕਲਸ਼ ਯਾਤਰਾ ਕੱਢੀ ਗਈ ਸੀ ਅਤੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਬੀਜੇਪੀ ਅਤੇ ਉਹਨਾਂ ਦੇ ਗੱਠਜੋੜ ਦੇ ਖਿਲਾਫ ਕਿਸਾਨ ਅੰਦੋਲਨ 2 ਦੇ ਸ਼ਹੀਦ ਸ਼ੁਭਕਰਨ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਂ 'ਤੇ ਤਖਤੀਆਂ 'ਤੇ ਕਾਲੇ ਝੰਡੇ ਵਿਖਾਏ ਜਾਣਗੇ ਅਤੇ ਹੁਣ ਵੀ ਉਹਨਾਂ ਦੇ ਵੱਲੋਂ ਵੱਧ ਤੋਂ ਵੱਧ ਇਸ ਯਾਤਰਾ ਦੇ ਵਿੱਚ ਜੋ 31 ਮਾਰਚ ਨੂੰ ਕੱਢੀ ਜਾਣੀ ਹੈ ਉਸ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ ਹੈ।